ਪਹਿਲੀ ਮਰਤਬਾ ਸ਼ਾਇਦ ਹਿੰਦੁਸਤਾਨ 'ਚ ਹੋਏਗਾ ਕਿ ਇਹ ਜਿਹੜੀ ਪ੍ਰੋਪਰਟੀ ਡਿਵੈਲਪਮੈਂਟ ਹੋਏਗੀ ਇਹਨੂੰ ਡਿਵੈਲਪਰ ਵੇਚ ਨਹੀਂ ਸਕਦਾ, ਇਹ ਸਿਰਫ ਰੈਂਟਲ ਵਾਸਤੇ ਉਹ ਯੂਜ਼ ਕਰ ਸਕਦਾ। ਔਰ ਪੰਜਾਬ ਦੇ ਬੜੇ ਸ਼ਹਿਰ ਨੇ ਜਿੱਥੇ ਸਟੂਡੈਂਟ ਪੜ੍ਹਨ ਆਉਂਦੇ ਹੈ, ਜਿੱਥੇ ਜਿਹੜੇ ਬਜ਼ੁਰਗ ਲੋਕ ਹੈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਉਹ ਰੈਂਟ 'ਤੇ ਆ ਕੇ ਲੈ ਸਕਦੇ ਹੈ, ਕੋਈ ਮੁਲਾਜ਼ਮ ਹੈ ਮੁਲਾਜ਼ਮ ਨੇ ਰੈਂਟਲ ਤੋਂ, ਇੱਕ ਕਿਸਮ ਦੀਆਂ ਕਾਲੋਨੀਆਂ ਐਸੀਆਂ ਬਣਨੀਆਂ ਸਿਰਫ ਰੈਂਟਲ ਦੀਆਂ ਹੋਣਗੀਆਂ, ਪ੍ਰੋਪਰਟੀ ਡੀਲਰ ਸੋਰੀ ਪ੍ਰੋਪਰਟੀ ਡਿਵੈਲਪਰ ਉਹਨੂੰ ਵੇਚ ਕੇ ਨਹੀਂ ਜਾ ਸਕਦਾ। ਜੇ ਕੋਈ ਵੇਚਣਾ ਤਾਂ ਸਾਰਾ ਪ੍ਰੋਜੈਕਟ ਤਾਂ ਵਿਕ ਜਾਏਗਾ ਪਰ ਇੱਕ ਪਲੋਟ ਜਾਂ ਇੱਕ ਅਪਾਰਟਮੈਂਟ ਜਾਂ ਫਲੈਟ ਉਹਦੇ 'ਚ ਨਹੀਂ ਵਿਕੇਗਾ। ਪਰ ਇਹਨਾਂ ਨੂੰ ਥੋੜ੍ਹਾ ਜਿਹਾ EDC ਦੇ ਵਿੱਚ, CLU ਦੇ ਵਿੱਚ ਕਨਸੈਸ਼ਨ ਜਿਹੜਾ ਉਹ ਦੇਣ ਦੀ ਤਜਵੀਜ਼ ਹੈਗੀ ਕਿ ਜਿਹੜਾ ਕੋਈ ਆਪਦੀ ਪਾਵਰ ਸਬਸਿਡੀ ਛੱਡਣਾ ਚਾਹੁੰਦਾ ਤਾਂ ਉਹ ਛੱਡ ਸਕਦਾ। ਔਰ ਉਹਦੇ ਲਈ ਡਿਪਾਰਟਮੈਂਟ ਨੇ ਇਹ ਵੀ ਪ੍ਰਪੋਜ਼ ਕੀਤਾ ਕਿ ਹੋ ਸਕਦਾ ਕਿ ਕੋਈ ਬੰਦਾ ਕਹੇ ਕਿ ਮੈਂ ਸਾਰੀ ਸਬਸਿਡੀ ਨਹੀਂ ਛੱਡਣਾ ਚਾਹੁੰਦਾ, ਮੈਂ ਇੱਕ ਟਿਊਬਵੈਲ 'ਤੇ 50% ਸਬਸਿਡੀ ਦੇਣੀ ਛੱਡਣੀ ਚਾਹੁੰਦਾ। ਸੋ ਉਹਨਾਂ ਨੇ ਜੋ ਰੇਟ ਇਹਦਾ ਤਜਵੀਜ਼ ਕੀਤਾ ਉਹ 400 ਰੁਪਇਆ ਪ੍ਰਤੀ ਹੌਸ ਪਾਰ, ਪਰ ਜੇ ਕੋਈ 50% ਛੱਡਣਾ ਚਾਹੁੰਦਾ ਤਾਂ ਉਹ 200 ਰੁਪਇਆ ਵੀ ਛੱਡ ਸਕਦਾ। ਪੰਜਾਬ ਦੇ ਜਿੰਨੇ ਖੇਤੀਬਾੜੀ ਦੇ ਟਿਊਬਵੈਲ ਹੈ ਤਕਰੀਬਨ ਹਰ ਟਿਊਬਵੈਲ 'ਤੇ 48,000 ਰੁਪਇਆ ਸਬਸਿਡੀ ਜਿਹੜੀ ਹੈ ਗਵਰਨਮੈਂਟ ਦਿੰਦੀ ਹੈ ਇੱਕ ਟਿਊਬਵੈਲ 'ਤੇ। ਔਰ ਤਜਵੀਜ਼ ਇਹ ਹੈ ਕਿ 48,000 ਰੁਪਇਆ ਫਾਰਮਰ ਨੂੰ ਸਿੱਧਾ ਦੇ ਦਿੱਤਾ ਜਾਏਗਾ ਔਰ ਟਿਊਬਵੈਲ 'ਤੇ ਮੀਟਰ ਲੱਗ ਜਾਏਗਾ। ਔਰ ਜਿੰਨਾ ਬਿੱਲ ਆਉਂਦਾ ਹੈ 48,000 ਦਾ ਜਾਂ ਤਾਂ ਕਿਸਾਨ ਉਹ ਭਰਦੇ, ਜੇ ਇਹਦੇ 'ਚੋਂ ਬੱਚਤ ਕੋਈ ਹੁੰਦੀ ਹੈ, ਫਰਜ਼ ਕਰ ਲਓ ਵੀ 30,000 ਦਾ ਬਿੱਲ ਆਉਂਦਾ, 18,000 ਕਿਸਾਨ ਆਪਦੇ ਕੋਲ ਰੱਖ ਸਕਦੇ। 2147 ਸੇਵਾ ਕੇਂਦਰ ਪੰਜਾਬ 'ਚ ਖੁੱਲ੍ਹੇ ਸੀ ਔਰ ਇਹਨਾਂ ਨੇ ਇਹਨਾਂ ਨੂੰ ਖੋਲ੍ਹਣ 'ਤੇ ਤਕਰੀਬਨ 200 ਕਰੋੜ ਰੁਪਇਆ ਕੈਪੀਟਲ ਐਕਸਪੈਂਡੀਚਰ ਆਇਆ ਸੀ। ਇਹ ਜਿਹੜੀਆਂ ਤੁਸੀਂ ਸੇਵਾ ਕੇਂਦਰ ਦੀਆਂ ਤੁਸੀਂ ਦੇਖਦੇ ਹੋ, ਕਈ ਜਗ੍ਹਾ ਬਿਲਡਿੰਗ ਸੀਗੀਆਂ, ਕਈਆਂ 'ਚ ਨਵੀਆਂ ਬਣੀਆਂ। ਇਹਦੀ ਸਾਲਾਨਾ ਜਿਹੜੀ ਲਾਇਬਿਲਿਟੀ ਹੈ ਇਹ ਮੰਨਿਆ ਗਿਆ ਸੀ ਕਿ 60 ਤੋਂ 70 ਟ੍ਰਾਂਜੈਕਸ਼ਨ ਜੇ ਰੋਜ਼ ਹੁੰਦੇ ਹੈ ਤਾਂ ਇਹ ਬ੍ਰੇਕ ਈਵਨ ਕਰਦਾ। ਤਜਰਬਾ ਇਹ ਹੈ ਕਿ ਇਹ ਸਿਰਫ 6 ਤੋਂ 7 ਟ੍ਰਾਂਜੈਕਸ਼ਨ ਤੋਂ ਵੱਧ ਕਿਸੇ ਸੇਵਾ ਕੇਂਦਰ 'ਚ ਨਹੀਂ ਹੋ ਰਹੇ। ਇਹਦੇ 'ਚ ਸਟੇਟ ਦਾ ਨੁਕਸਾਨ ਹੋ ਰਿਹਾ, 222 ਕਰੋੜ ਰੁਪਇਆ ਹਰ ਸਾਲ ਸਾਨੂੰ ਸੇਵਾ ਕੇਂਦਰ ਚਲਾਉਣ ਵਾਲਿਆਂ ਨੂੰ ਦਿੱਤਾ ਜਾ ਰਿਹਾ। ਫੈਸਲਾ ਇਹ ਕੀਤਾ ਕਿ 180 ਦਿਨਾਂ ਦਾ ਨੋਟਿਸ ਦੇਣਾ ਹੈ ਜਿਹੜੇ ਠੇਕੇਦਾਰ ਨੇ ਇਹ ਚਲਾਏ ਸੀਗੇ ਔਰ ਇਸ 'ਤੇ ਬੰਦ ਕਰ ਦੇਣੇ ਹੈ। ਔਰ ਨਵੇਂ ਮਾਡਲ ਦੇ ਤਹਿਤ, ਕਿਉਂਕਿ ਜੇ ਕੋਈ ਸੇਵਾ ਕੇਂਦਰ 'ਚ ਕੋਈ ਆ ਹੀ ਨਹੀਂ ਰਿਹਾ, 5 ਤੋਂ 6 ਟ੍ਰਾਂਜੈਕਸ਼ਨ ਤੋਂ ਵੱਧ ਹੋ ਹੀ ਨਹੀਂ ਰਹੇ, ਤਾਂ ਇਹਨਾਂ ਨੂੰ ਘਟਾ ਕੇ 500 ਸੈਂਟਰ ਜਿਹੜਾ ਇਹ ਇੱਕ ਵਾਰੀ ਚਲਾਏ ਜਾਣ ਜਿੱਥੇ ਕਿ ਟ੍ਰਾਂਜੈਕਸ਼ਨ ਜ਼ਿਆਦਾ ਹੁੰਦੇ ਆ। ਇਹਦਾ ਮਾਡਲ ਜਿਹੜਾ ਇਹ ਸਾਨੂੰ ਬਦਲਣਾ ਪੈਣਾ, ਇਹਦੇ 'ਚ ਕੋਈ ਸਰਵਿਸਿਜ਼ ਜਿਹੜੀਆਂ ਪਹਿਲਾਂ ਨਹੀਂ ਸੀ ਉਹ ਵੀ ਲਿਆਉਂਦੀਆਂ ਜਾਣ।